ਹਾਂਜੀ, ਮੈਂ ਜਿਹੜੇ ਆਪਣਾ ਬਾਹਰ ਆਪਣੇ ਸਾਡੇ ਦੇ ਨੇ ਜ਼ਿੰਮੇਦਾਰ ਭਰਾ ਜਾਂ ਹੋਰ ਵੀ, ਉਹਨਾਂ ਵਾਸਤੇ ਇਹ ਹੈ ਕਿ ਜੇ ਤੁਹਾਡਾ ਉੱਥੇ ਮਤਲਬ ਕੰਮ ਸਹੀ ਨਹੀਂ, ਜੇ ਤੁਸੀਂ ਲੇਬਰ ਵਿੱਚ ਉਹ ਤਨਖਾਹ ਥੋੜ੍ਹੀ ਹੈ, ਉਹ ਕਿਸਾਨ ਉਹ ਆ ਕੇ ਆਪਣਾ ਡੰਗਰ ਬੱਚਾ ਰੱਖੋ ਉੱਥੇ ਟੈਨਸ਼ਨਾਂ ਦੇ ਨਾਲ, ਇੱਥੇ ਅਲਹਮਦੁਲਿਲਾ ਬਿਹਤਰੀ ਠੀਕ ਹੈ। ਠੀਕ ਹੈ, ਅਗਰ ਤੁਹਾਡੇ ਕੋਲ 2-4-5 ਡੰਗਰ ਵੀ ਨਾ ਸ਼ੁਰੂ ਤੋਂ ਵੀ, ਅਤੇ ਫਿਰ ਇਨਸ਼ਾਅੱਲਾ ਆਸਤਾ ਆਸਤਾ ਅੱਲਾ ਤੁਹਾਨੂੰ ਉਹਦੇ 'ਚ ਬਰਕਤ ਦੇਗਾ। ਡੰਗਰ ਤੁਹਾਡੇ ਅਗਰ ਦੇਸੀ ਵੀ ਹੈਗੇ, ਉਹਨੂੰ ਟੀਕੇ ਰਖਾਓ ਨਸਲੀ, ਠੀਕ ਹੈ, ਉਹਦੇ ਵਿੱਚ ਮੱਝਾਂ ਨੂੰ ਵੀ ਅਤੇ ਗਾਈਆਂ ਨੂੰ ਵੀ, ਅਤੇ ਇਨਸ਼ਾਅੱਲਾ 2-4 ਸਾਲਾਂ ਬਾਅਦ ਤੁਹਾਡੀ ਜਿਹੜੀ ਆਉਣ ਵਾਲੀ ਨਸਲਾਂ ਜਿਹੜੀਆਂ ਉਹ ਬਦਲੀ ਹੋ ਜਾਂਦੀਆਂ। ਅਗਰ ਜ਼ਿਆਦਾ ਤੁਹਾਡੇ ਡੰਗਰ ਨਸਲੀ ਹੈ, ਉਹ ਇਨਸ਼ਾਅੱਲਾ ਦੁੱਧ ਦੀ ਪੈਦਾਵਾਰ ਵੀ ਜ਼ਿਆਦਾ ਹੋਵੇਗੀ, ਡੰਗੂ ਦੀ ਜਾਨਵਰ ਦੀ ਕੀਮਤ ਵੀ ਜ਼ਿਆਦਾ ਵਧੇਗੀ, ਉਹ ਇਨਸ਼ਾਅੱਲਾ ਪ੍ਰੋਫਿਟੇਬਲ ਹੈ ਕੰਮ। ਇਹਦੇ ਵਿੱਚ ਡੰਗਰ ਵੱਛਾ ਮੇਰਾ ਮਤਲਬ ਬਜ਼ੁਰਗਾਂ ਨੂੰ ਲੈ ਕੇ ਸਾਰੇ ਅੱਗੋਂ ਕਰਦੇ ਹੀ ਆਏ ਨੇ, ਅਤੇ ਇਨਸ਼ਾਅੱਲਾ ਇਹ ਮੁਨਾਫਾ ਬਿਲਕੁਲ। ਅਸਲਾਮ ਅਲੈਕੁਮ ਜੀ ਬਜ਼ੁਰਗੋ, ਕੀ ਹਾਲ ਹੈ ਤੁਹਾਡਾ? ਅੱਲਾ ਦਾ ਸ਼ੁਕਰ ਅਲਹਮਦੁਲਿਲਾ। ਕੀ ਨਾਂ ਹੈ ਤੁਹਾਡਾ? ਹਾਜੀ ਮੁਹੰਮਦ ਸਦੀਕ ਨਵਰਦਾਰ ਪੀਰਕੋਟ। ਹਾਜੀ ਮੁਹੰਮਦ ਸਦੀਕ ਸਾਹਿਬ, ਪੀਰਕੋਟ ਤੇ ਹੋ? ਹਾਂਜੀ। ਹਾਜੀ ਸਾਹਿਬ, ਕਿੰਨੀ ਦੇਰ ਹੋ ਗਈ ਇਹ ਡੰਗਰਾਂ ਦਾ ਕੰਮ ਕਰਦਿਆਂ ਤੁਹਾਨੂੰ? ਡੰਗਰਾਂ ਦਾ ਕੰਮ ਸਾਡੇ ਬਾਪ ਦਾਦਾ ਤੋਂ, ਜਦੀ ਪੁੱਛਦੀ ਅਸੀਂ ਗੁੱਜੇ ਬਰਾਜੀ ਦਾ ਥੱਲੇ ਰੱਖਦੇ ਹਾਂ, ਸਾਰੇ ਮਾਸ਼ਾ ਸਾਡੇ ਦਾਦਾ ਪੜਦਾਦਾ ਸਾਰੇ ਹੀ ਕੰਮ ਕਰਦੇ ਆ। ਮਾਸ਼ਾਅੱਲਾ ਸਾਹਿਬ ਸਾਹਿਬ ਅੱਗੋਂ ਵਸੀ ਆ ਭਾਈ ਇਹ ਭਾਈ ਦੇ ਬੱਚੇ ਨੇ। ਇਹ ਜਿਹੜੇ ਹੁਣ ਤੁਹਾਡੇ ਕੋਲ ਡੰਗਰ ਨੇ, ਇਹ ਕਿੰਨੀ ਦੇਰ ਤੁਸੀਂ ਬਣਾਏ ਨੇ ਪਹਿਲੇ? ਇਹ ਤਕਰੀਬਨ ਸਾਡੇ ਕੋਲ ਚੱਲਦੇ ਹੀ ਆ ਰਹੇ ਨੇ, ਸਾਡੇ ਵਾਲਾ ਸਾਹਿਬ ਕੋਲ, ਵਾਲਾ ਸਾਹਿਬ ਕੋਲ, ਫਿਰ ਅੱਗੋਂ ਸਾਡੇ ਕੋਲ ਆ ਰਹੇ ਨੇ, ਉਹ ਵੱਧਦੇ ਜਾ ਰਹੇ ਨੇ। ਠੀਕ ਹੋ ਗਿਆ। ਸਾਡੇ ਕੋਲ 10-15 ਸਨ, ਹੁਣ ਮਾਸ਼ਾਅੱਲਾ ਅਸੀਂ ਅੱਗੋਂ 3 ਭਾਈ ਹਾਂ, ਉਹ ਆਪਣਾ ਛੋਟੇ ਭਾਈ ਦੇ ਵੀ ਉੱਧਰ 15-20 ਨੇ, 15-20 ਸਾਡੇ ਨੇ, ਛੋਟੇ ਭਾਈ ਦੇ ਨੇ। ਤੇ ਬਾਹਰ ਦਾ ਵੀ ਕੋਈ ਚੱਕਰ ਲਾਇਓ? ਬਾਹਰ ਜੀ ਮੈਂ ਰਿਹਾ ਤਕਰੀਬਨ 32-32 ਸਾਲ। ਕਿਹੜੀ ਕਿਹੜੀ ਜਗ੍ਹਾ 'ਤੇ ਗਏ? ਮੈਂ ਓਮਾਨ 'ਚ ਰਿਹਾ, 1985 ਗਿਆ ਹਾਂ, 2007 'ਚ ਆਇਆ, ਫਿਰ ਦੁਬਈ ਗਿਆ, ਦੁਬਈ ਤੋਂ ਫਿਰ ਪਿਛਲੇ ਸਾਲ ਆਇਆ, ਹੁਣ 1 ਸਾਲ ਹੋ ਗਿਆ। ਹਾਜੀ ਸਾਹਿਬ, ਤੁਹਾਡੇ ਕੋਲ ਸਵਾਲ ਬੜਾ ਅਹਿਮ ਪੁੱਛਾਂਗੇ ਕਿ ਬਾਹਰ ਵੀ ਤੁਸੀਂ ਰਹਿ ਕੇ ਆਓਗੇ, ਇੱਥੇ ਡੰਗਰਾਂ ਦਾ ਵੀ ਕੰਮ ਕੀਤਾ, ਪਹਿਲੇ ਵੀ ਕੀਤਾ, ਹੁਣ ਵੀ ਕਰ ਰਹੇ ਹੋ, ਕੀ ਤੁਸੀਂ ਕਹਿਣਾ ਚਾਹੋਗੇ ਕਿ ਬਾਹਰ ਜਾਣਾ ਬਿਹਤਰ ਹੈ ਜਾਂ ਇੱਥੇ ਰਹਿ ਕੇ ਪਾਕਿਸਤਾਨ 'ਚ ਡੰਗਰ ਰੱਖ ਕੇ ਅਤੇ ਪੈਸੇ ਕਮਾਉਣਾ ਬਿਹਤਰ ਹੈ? ਵੇਖੋ ਜੀ, ਬਾਹਰ ਅਗਰ ਜਾਬ ਅੱਛੀ ਹੋਵੇ, ਮਜ਼ਦੂਰੀ ਵਿੱਚ ਤਾਂ ਜਾਣਾ ਨਹੀਂ ਚਾਹੀਦਾ, ਬੰਦਾ ਲੇਬਰ ਦੇ ਕੰਮ 'ਚ, ਅਗਰ ਜਾਣਾ ਤੁਸੀਂ ਅਗਰ ਪੜ੍ਹੇ ਲਿਖੇ ਹੋ ਜਾਂ ਕੋਈ ਟੈਕਨੀਕਲ ਕੰਮ ਜਾਣਦੇ ਹੋ ਜਿਹਦੇ ਵਿੱਚ ਤੁਹਾਨੂੰ ਕੋਈ 1-2 ਲੱਖ 3 ਲੱਖ ਤੁਹਾਡੀ ਸੈਲਰੀ ਹੋਵੇ, ਫਿਰ ਤਾਂ ਜਾਓ। ਅਦਰਵਾਈਜ਼ ਤੁਸੀਂ ਜਾ ਕੇ ਉੱਥੇ ਦੁਬਈ ਜਾ ਕੇ ਜਾਂ ਓਮਾਨ ਜਾ ਕੇ ਉੱਥੇ ਰੇਲ ਛਾਲਣੀ ਹੈ, ਉਦੋਂ ਚੰਗਾ ਤੁਸੀਂ 2 ਸੰਡੀਆਂ ਇੱਥੇ ਰੱਖ ਲਓ, 2 ਡੰਗਰ ਰੱਖ ਲਓ, ਉਹਦੇ 'ਚ ਫਾਇਦਾ। ਜ਼ਬਰਦਸਤ ਆਜੀ ਸਾਹਿਬ, ਤੁਸੀਂ ਇਹ ਨਹੀਂ ਕਿ ਨਿਚੋੜ ਕੱਢ ਦਿੱਤਾ ਕਿ ਅਗਰ ਇੱਥੇ ਵੀ ਡੰਗਰ ਹੋਣ ਭਾਵੇਂ ਥੋੜ੍ਹੇ ਹੋਣ। ਹਾਂਜੀ, ਥੋੜ੍ਹੇ ਹੋਣ, ਉੱਥੇ ਬਾਹਰ ਦੀ ਮਜ਼ਦੂਰੀਆਂ, ਇਹ ਚੰਗਾ ਜੀ। ਸਹੀ ਹੈ। ਕਿਆ ਅਸੀਂ ਜਿਹੜੇ ਲੋਕ ਬਾਹਰ ਸਾਡੀ ਗੱਲਬਾਤ ਸੁਣ ਰਹੇ ਨੇ ਉਹਨਾਂ ਨੂੰ ਅਸੀਂ ਡਿਸਕਰਜ ਤਾਂ ਨਹੀਂ ਕਰ ਰਹੇ, ਉਹਨਾਂ ਦੀ ਹੌਸਲਾ ਸ਼ਿਕਰੀ ਤਾਂ ਨਹੀਂ ਕਰ ਰਹੇ? ਹੌਸਲਾ ਸ਼ਿਕਰੀ ਦੀ ਗੱਲ ਹੈ ਕਿ ਮੈਂ ਤਾਂ 30-32 ਸਾਲ ਉੱਥੇ ਰਿਹਾ ਵਾਂ। ਅੱਛਾ। ਮੈਂ ਦੁਬਈ ਦੇ ਵਿੱਚ 6-7 ਟੈਕਸੀ ਵੀ ਚਲਾਈ ਹੈ, ਮੈਂ ਉਹ ਜਮਾਨ ਦੇ ਵਿੱਚ ਐਜ਼ ਏ ਡਰਾਈਵਰ ਇੰਸਟਰਕਟਰ ਸਾਂ, ਉੱਥੇ ਮੈਂ 4 ਸਾਲ ਜਿਹੜੇ ਜਾ ਕੇ ਲਾਇਸੈਂਸ ਲੈਂਦੇ ਹਾਂ ਉਹਨੂੰ ਤਲੀਮ ਦਿੰਦਾ ਰਿਹਾ। ਠੀਕ ਹੈ। ਔਰ ਜਿਹੜੀਆਂ ਉੱਥੇ ਡੇਅਰੀ ਫਾਰਮ ਹੈ ਉੱਥੇ ਵੀ ਜਾਂਦੇ ਰਹੇ, ਯਾਨੀ ਬੜਿਆ ਬੰਦਿਆਂ ਦੇ ਇੰਟਰਵਿਊ ਉੱਥੇ ਕੀਤੇ ਨੇ, ਅਤੇ ਉੱਥੇ ਹਿਸਾਬ ਹੀ ਲਾਇਕ ਜਿਹੜੀ ਵਿਚਾਰੀ ਲੇਬਰ ਜਾਂਦੀ ਹੈ ਨਾ, ਉਹ ਬੰਦੇ ਜੀ ਵੇਖਿਆ ਵਿਚਾਰੇ ਟਿਕਟ ਤੋਂ ਵੀ ਮਜਬੂਰ ਹੁੰਦੇ ਨੇ। ਇੱਥੇ ਵੀ ਬੜੇ ਬੰਦੇ ਨੇ ਜਿਹੜੇ ਆਉਂਦੇ ਨੇ ਕਿ ਸਾਨੂੰ ਦੁਬਈ ਲੈ ਕੇ ਜਾਓ, ਮੈਂ ਮਾਸ਼ਾਅੱਲਾ ਬੜੇ ਬੰਦੇ ਖੜੇ ਨੇ ਜਾ ਕੇ, ਉਹ ਸਾਰੇ ਖੜੇ ਨੇ ਡਰਾਈਵਰ ਦੇ ਵਿੱਚ। ਠੀਕ ਹੈ। ਲੇਬਰ 'ਚ ਕਿਸੇ ਨੇ ਖੜਿਆ, ਉਹਨਾਂ ਨੇ ਇਹ ਆਖਿਆ ਯਾਰ ਪਾਕਿਸਤਾਨ ਰਹਿੰਦੇ ਹੋ ਤੁਸੀਂ, ਜਾ ਕੇ ਇੱਥੇ ਕੋਈ ਆਪਣਾ ਮੇਰਾ ਮਤਲਬ ਕੋਈ ਡੰਗਰ ਜੋ ਚਾਰ ਵਧਾ ਲਵੋ ਜੀ, ਉਹ ਉਹਦੇ 'ਚ ਫਾਇਦਾ ਹੋਵੇ। ਅੱਛਾ ਆਈ ਸਾਹਿਬ, ਇਹ ਦੱਸਿਓ ਕਿੰਨੇ ਕੁ ਡੰਗਰ ਹੋਣ ਅਤੇ ਇੱਕ 5-6 ਬੰਦਿਆਂ ਦਾ ਖਾਨਦਾਨ ਪਾਲ ਸਕਦਾ? ਮੈਂ 5-6 ਡੰਗਰ ਵੀ ਹੋਣਾ ਚੰਗੇ ਜੀ ਅਤੇ ਪਾਲ ਸਕਦਾ, ਉਂਝ ਐਵੇਂ ਕਿ 5-6 ਮੱਝਾਂ ਹੋਣ ਨਾਲ ਉਹ ਕੱਟਾ ਵੱਛਾ ਰਲ ਜਾਂਦਾ, ਸਾਲ 2 'ਚ ਜ਼ਿਮੀਦਾਰ ਨੂੰ ਇੱਕ ਅੱਧੀ ਝੋਟੀ ਨਾਲ ਰਲਦੀ ਰਹੇ, ਡੰਗਰ ਵੱਛਾ ਰਲਦਾ ਰਹੇ, ਅਤੇ ਉਹ ਐਵੇਂ ਕਿ ਉਹਦਾ ਗੁਜ਼ਾਰਾ ਜਿਹੜਾ ਨਾ ਉਹ ਠੀਕ ਠਾਕ ਹੋ ਜਾਂਦਾ। ਉਂਝ ਆਮ ਜਿਹੜਾ ਨਾ ਐਵਰੇਜ ਬੰਦੇ ਨੂੰ ਉਹ 10-15 ਡੰਗਰ ਹੋਣੇ ਚਾਹੀਦੇ ਨੇ ਇੱਕ ਬੰਦੇ ਵਾਸਤੇ। ਠੀਕ ਹੈ। ਕਿਉਂਕਿ ਉਹਨੂੰ ਪੱਠੇ ਪਾਣੇ ਨੇ, ਤੁਸੀਂ ਵੰਡਾ ਪਾਉਣਾ, ਖਰਚਾ ਖਰਾਜਾਤ ਕਰਨੇ ਨੇ। ਤੁਹਾਡੇ ਕੋਲ ਮਾਸ਼ਾਅੱਲਾ ਇਸ ਟਾਈਮ ਕਿੰਨੇ ਡੰਗਰ ਨੇ? ਮੇਰੇ ਕੋਲ ਮਾਸ਼ਾਅੱਲਾ ਜੀ ਛੋਟੇ ਮੋਟੇ ਜੇ ਅਸਲੇ 15-20 ਡੰਗਰ ਨੇ। 15-20 ਡੰਗਰ ਨੇ? ਹਾਂਜੀ। ਅੱਛਾ ਆਈ ਸਾਹਿਬ, ਇਹ ਦੱਸਿਓ ਕਿ 15-20 ਡੰਗਰਾਂ ਦੇ ਵਿੱਚ ਤੁਹਾਡੇ ਕਿੰਨੇ ਡੰਗਰ ਨੇ ਜਿਹੜੇ ਦੁੱਧ ਦੇ ਰਹੇ ਨੇ? ਇਸਲੇ 7 ਡੰਗਰ ਦੇ ਰਹੇ ਨੇ। 7 ਡੰਗਰ ਦੁੱਧ ਦੇ ਰਹੇ ਨੇ ਜੀ। ਅਗਲਾ ਸਵਾਲ ਪੁੱਛਣ ਤੋਂ ਪਹਿਲੇ ਮੈਂ ਕਹਾਂਗਾ ਕਿ ਆਪਣੀ ਐਵਰੇਜ ਦੱਸਿਓ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਜਿਹੜੇ ਡੰਗਰ ਨੇ ਉਹ ਕਿੰਨਾ ਕੁ ਦੁੱਧ ਦੇ ਚੁੱਕੇ ਨੇ? ਜ਼ਿਆਦਾ ਤੋਂ ਜ਼ਿਆਦਾ ਸਾਡੇ ਜਿਹੜੇ ਉਹ ਗਾਈਆਂ ਸਾਡੀ ਕੋਲ 2, ਉਹ ਮਾਸ਼ਾਅੱਲਾ ਯਾਨੀ 20-25 ਕਿਲੋ। ਔਰ ਮੱਝਾਂ? ਮੱਝਾਂ ਜਿਹੜੀਆਂ ਨੇ ਉਹ ਐਵਰੇਜ ਜਿਹੜੀ ਉਹ 12-14 ਕਿਲੋ। ਅੱਛਾ, ਗਾਈਆਂ 'ਚ ਜ਼ਿਆਦਾ ਫਾਇਦਾ ਹੈ ਜਾਂ ਮੱਝਾਂ 'ਚ ਜ਼ਿਆਦਾ ਫਾਇਦਾ? ਅਗਰ ਦੁੱਧ ਵਿਕੇ ਤਾਂ ਗਾਈਆਂ ਜ਼ਿਆਦਾ ਫਾਇਦਾ। ਅੱਛਾ, ਗਾਈਆਂ ਦੀ ਐਵਰੇਜ ਜ਼ਿਆਦਾ ਨਾ, ਯਾਨੀ ਦੁੱਧ ਉਹਨਾਂ ਦਾ ਜ਼ਿਆਦਾ ਮੱਝ ਦੀ ਬਨਸਬਤ। ਅੱਛਾ, ਤੁਸੀਂ ਦੱਸਿਆ ਗਾਈਆਂ 'ਚ ਜ਼ਿਆਦਾ ਫਾਇਦਾ ਅਤੇ ਖਰਚਾ ਮੱਝਾਂ 'ਚ ਜ਼ਿਆਦਾ ਹੈ ਜਾਂ ਗਾਈਆਂ 'ਚ ਜ਼ਿਆਦਾ ਹੈ? ਖਰਚਾ ਉਨੇ ਹੀ ਪੱਠੇ ਉਨੇ ਹੀ ਖਾਣੇ ਨੇ, ਜਿਵੇਂ ਤੁਹਾਨੂੰ ਕੀ ਫਰਕ ਪੈਂਦਾ ਜੇ ਕੋਈ ਥਵੀ ਕੋਈ ਵੱਧ ਖਾ ਜਾਵੇ ਤਾਂ? ਸਹੀ ਹੈ। ਉਹ ਗਾਈ ਜਿਹੜੀ ਹੈ ਨਾ, ਇਹਦਾ ਦੁੱਧ ਅਗਰ ਵਿਕਦਾ ਰਹੇ, ਅਸੀਂ ਤਾਂ ਇੱਕੋ ਹੀ ਰੇਟ ਦਿੰਦੇ ਹਾਂ ਗਾਈਆਂ ਮੱਝਾਂ ਦਾ।
ਸਹੀ ਮਿਕਸ ਕਰਕੇ ਦਿੰਦੇ ਹਾਂ ਮਿਕਸ ਕਰਕੇ ਅੱਛਾ ਕਿ ਉਹ ਠੀਕ ਹੈ ਮੱਛਰ ਗਾਈਆਂ ਜਿਹੜੀਆਂ ਉਹਨਾਂ ਦਾ ਜ਼ਿਆਦਾ ਫਾਇਦਾ ਕਿਉਂਕਿ ਉਹਦੇ ਦੁੱਧ ਦੀ ਐਵਰੇਜ ਜ਼ਿਆਦਾ ਜਿੱਡੀ ਤੁਸੀਂ ਚੰਗੀ ਮੱਝ ਵੀ ਲਿਆ ਹੋਰ ਉਹ 12-13-14-15 ਦੇ ਉੱਤੇ ਨਹੀਂ ਜਾਂਦੀ ਗਾਈ ਜਿਹੜੀ ਉਹ ਮਾਸ਼ਾਅੱਲਾ 20-25 ਕਰ ਜਾਂਦੀ ਅੱਛਾ ਕਿੰਨੇ ਜਾਨਵਰ ਨੇ ਜਿਹੜੇ ਤੁਹਾਡੇ ਕੋਲ ਦੁੱਧ ਦਿੰਦੇ ਨੇ 7 ਜਾਨਵਰ ਨੇ 7 ਜਾਨਵਰ ਨੇ ਕਿੰਨਾ ਦੁੱਧ ਤੁਸੀਂ ਇਹਨਾਂ ਨੂੰ ਹਾਸਲ ਕਰ ਲੈਂਦੇ ਹੋ ਇਹਨਾਂ ਕੋਲ ਅਸੀਂ ਐਵਰੇਜ ਜਿਹੜੀਆਂ ਉਹਨਾਂ ਵਿੱਚ ਕੋਈ ਖਾਂਗੜ ਵੀ ਨੇ ਅੱਛਾ ਲੈ ਰਹੀਆਂ ਤੁਹਾਨੂੰ ਮੈਂ ਦੱਸਿਆ ਸੀ ਕਿ ਜਿਹੜੀਆਂ ਨੇ ਉਹ ਆਪਣਾ 12-14 ਕਿਲੋ ਜਿਹੜੀਆਂ ਨੇ ਉਹ ਝੋਟੀਆਂ ਮੱਝਾਂ ਦੁੱਧ ਦਿੰਦੀ ਅੱਛਾ ਦੁੱਧ 10-12 ਅੱਛਾ ਦੁੱਧ ਕਿੱਥੇ ਸੇਲ ਕਰਦੇ ਪਏ ਦੁੱਧ ਸਾਡਾ ਤਾਂ ਸਿਆਲਕੋਟ ਜਾਂਦਾ ਅਸੀਂ ਤਾਂ ਇੱਥੇ ਡੇਰੇ 'ਤੇ ਵੇਚ ਲੈਂਦੇ ਹਾਂ ਅਸੀਂ ਤਾਂ ਕਿਰੇ ਵੀ ਜਾਂਦੇ ਇੱਥੇ ਦੁੱਧ ਹੀ ਆਉਂਦੇ ਨੇ ਲੈ ਜਾਂਦੇ ਨੇ ਅੱਛਾ ਰੋਜ਼ ਦਾ ਕਿੰਨਾ ਦੁੱਧ ਹੁੰਦਾ ਤੁਹਾਡਾ ਇੱਥੇ ਡੇਰੇ 'ਤੇ ਰੋਜ਼ ਦੇ ਅਸੀਂ ਤਕਰੀਬਨ ਜਿਹੜਾ ਨਾ ਪਹਿਲਾਂ ਤਾਂ ਕੋਈ ਮਨ ਸਵਾ ਮਨ ਵੀ ਦਿੰਦੇ ਰਹੇ ਹਾਂ ਅੱਛਾ ਹੁਣ ਇਹ ਸਾਰੀ ਝੁੱਟੀਆਂ ਜਿਹੜੀਆਂ ਨੇ ਇਹ ਵੀ ਸੂਣੇ ਵਾਲੀਆਂ ਨੇ ਇਹ ਵੀ ਸੂਣੇ ਵਾਲੀਆਂ ਇਹ ਵੀ ਦੋ ਜਿਹੜੀਆਂ ਖੰਗੜਾ ਹੋਈਆਂ ਨੇ ਅਤੇ ਬਾਕੀ ਜਿਹੜਾ ਨਾ ਉਹ ਕੋਈ ਸ਼ਾਮੀ ਦੇਖ ਲਈ ਜਾਂ ਕੁਛ ਅੱਛਾ ਕਿਸ ਰੇਟ 'ਤੇ ਸੇਲ ਕਰਦੇ ਦੁੱਧ 75 ਰੁਪਏ ਕਿਲੋ ਅੱਛਾ ਅਸੀਂ ਸਭ ਇਹ ਦੱਸਿਓ ਕਿ ਕਮ ਅਜ਼ ਕਮ ਕਿੰਨੀ ਕੁ ਜਗ੍ਹਾ ਬੰਦੇ ਕੋਲ ਹੋਏ ਅਤੇ ਉਹ ਜਿਹੜਾ ਡੰਗਰਾਂ ਦਾ ਕੰਮ ਸ਼ੁਰੂ ਕਰ ਸਕਦਾ ਫੋਰ ਐਗਜ਼ਾਮਪਲ ਅਗਰ ਉਹਦੇ ਨੇ 10 ਮੱਝਾਂ ਰੱਖਣੀਆਂ ਨੇ ਤਾਂ ਘੱਟ ਤੋਂ ਘੱਟ ਕਿੰਨੀ ਕੁ ਜਗ੍ਹਾ ਹੈ ਉਹਦੇ ਵਾਸਤੇ ਤਕਰੀਬਨ ਕੋਈ 5-7 ਕਿੱਲੇ ਦੀ ਜ਼ਮੀਨ ਚਾਹੀਦੀ ਹੈ ਨਾ ਅੱਛਾ ਵੇਖੋ ਅਸਾਂ 10-15 ਰੱਖੇ ਨੇ ਤਾਂ 3-4 ਕਿੱਲੇ ਜਿਹੜੀ ਸਿਰਫ ਪੱਠਿਆਂ ਵਾਸਤੇ ਹੀ ਉਹਦੇ 'ਚ ਅਸੀਂ ਦੂਜੀ ਕੋਈ ਫਸਲ ਨਹੀਂ ਪਾਉਂਦੇ ਫਿਰ ਕੋਈ 4-5 ਕਿੱਲੇ ਜਿਹੜੀ ਨਾ ਉਹ 7 ਕਿੱਲੇ ਤੂੜੀ ਵਾਸਤੇ ਵੀ ਜਗ੍ਹਾ ਚਾਹੀਦੀ ਜਿਹਦੇ 'ਚ ਕਣਕ ਸ਼ਣਕ ਲਾਈ ਹੋਵੇ ਜਾਂ ਤੁਸੀਂ ਐਗਜ਼ਾਮਪਲ ਸੈਲਜ ਬਣਾਉਂਦੇ ਹੋ ਮਕਈ ਵਾਸਤੇ ਜਗ੍ਹਾ ਚਾਹੀਦੀ ਉਹ ਸਾਡੀ ਤਾਂ ਅਲਹਮਦੁਲਿਲਾ ਯਾਨੀ ਕਿ 20-25 ਕਿੱਲਿਆਂ ਦੀ ਵਾਹੀ ਆਪਣੀ ਅਤੇ ਉਹ ਮੇਰੀ ਜਿਹੜੀ ਹੈ ਕੋਈ ਵੱਡੇ ਭਾਈ ਦੀ ਛੋਟੇ ਦੀ ਹੈ ਅਤੇ ਉਹ ਸਾਡੇ ਤਾਂ ਅਲਹਮਦੁਲਿਲਾ ਸਰ ਸਪੈਕਟਰ ਜ਼ਮੀਨ ਸਾਡਾ ਗੁਜ਼ਾਰਾ ਅਲਹਮਦੁਲਿਲਾ ਠੀਕ ਹੋ ਜਾਂਦਾ ਪਰ ਆਮ ਜਿਹੜਾ ਬੰਦਾ ਵੀ ਹੈ ਨਾ ਉਹ ਅਗਰ ਕੋਈ 5-4 ਕਿੱਲੇ ਵੀ ਜ਼ਮੀਨ ਹੈਵੇ ਨਾ ਭਾਵੇਂ ਉਹ ਠੇਕੇ 'ਤੇ ਵੀ ਲੈ ਲਵੇ ਫਿਰ ਵੀ ਉਹ 10-15 ਡੰਗਰ ਜਿਹੜੇ ਨਾ ਉਹ ਪਾ ਸਕਦਾ ਸਹੀ ਹੋ ਗਿਆ ਕੀ ਸਮਝਦੇ ਹੋ ਕਿ ਜਿਹੜੇ ਬੰਦੇ ਕੋਲ ਜ਼ਮੀਨ ਹੈ ਨਹੀਂ ਆਪਣੀ ਉਹ ਕੰਮ ਕਰੇ ਜਾਂ ਨਾ ਕਰੇ ਅਗਰ ਤੈਨੂੰ ਜ਼ਮੀਨ ਮਿਲ ਜਾਂਦੀ ਹੈ ਠੇਕੇ 'ਤੇ ਠੀਕ ਹੈ ਅਤੇ ਠੇਕਾ ਮਕੂਲ ਹੋਵੇ ਫਿਰ ਤਾਂ ਉਹ ਕੰਮ ਕਰ ਸਕਦਾ ਅਦਰਵਾਈਜ਼ ਅਗਰ ਠੇਕਾ ਵੀ ਉਹਨੇ ਦੇਣਾ ਉਹ ਪੱਠੇ ਉਗਾਉਣੇ ਨੇ ਉਹਦਾ ਵੀ ਖਰਚਾ ਹੈ ਜਾਂ ਮੁੱਲ ਲੈਣੇ ਨੇ ਫਿਰ ਉਹਦੀ ਪ੍ਰੋਫਿਟ ਹੋਏਗੀ ਲੇਕਿਨ ਘੱਟ ਹੋਏਗੀ ਪ੍ਰੋਫਿਟ ਹੋਏਗੀ ਘੱਟ ਹੋਏਗੀ ਹਾਂ ਤਾਂ ਮਤਲਬ ਸਾਡੀ ਤੂੜੀ ਘਰ ਹੀ ਹੋ ਜਾਂਦੀ ਹੈ ਆਹ ਮਾਸ਼ਾਅੱਲਾ ਇਹਦਾ ਪਿੱਛੇ ਸਟੋਰ ਜਿਹੜਾ ਨਾ ਉਹ ਫੁੱਲ ਕੀਤੇ ਆ 7-8 ਕਿੱਲੇ ਅਜੇ ਵੀ ਤੂੜੀ ਸਾਡੀ ਮੌਜੂਦ ਹੈ ਕੋਈ ਕਮਾਦ ਲਾਏ ਅਸੀਂ ਇਕੱਲੇ ਹੀ ਕੰਮ ਕਰ ਰਹੇ ਹੋ ਜਾਂ ਨਾਲ ਕੋਈ ਤੁਸੀਂ ਬੰਦਾ ਵੀ ਰੱਖਿਆ ਮੈਂ ਇਕੱਲਾ ਹੀ ਨਾਲ ਇੱਕ ਆਪਣਾ ਰੱਖਿਆ ਭਾਈ ਉਹਨਾਂ ਵੀ ਆਪਣੀ ਗਾਈ ਵਾਛ ਰੱਖੀ ਹੈ ਅੱਛਾ ਅਤੇ ਮੁੰਡੇ ਜਿਹੜੇ ਨੇ ਉਹ ਆਪਣਾ ਦੋਵੇਂ ਮਾਸ਼ਾਅੱਲਾ ਮੇਰੇ ਟੀਚਰ ਨੇ ਠੀਕ ਹੈ ਸਕੂਲੇ ਟੁਰ ਜਾਂਦੇ ਨੇ ਆਵੇ ਸ਼ਾਮ ਸਵੇਰੇ ਹੱਥ ਉਟਾ ਛੱਡਦੇ ਨੇ ਸਹੀ ਹੈ ਅਤੇ ਮੈਂ ਇੱਕ ਹੋਰ ਬੰਦਾ ਵੀ ਠੀਕ ਹੋ ਗਿਆ ਅੱਛਾ ਆਈ ਸਾਹਿਬ ਸਵਾਲ ਜਿਹੜਾ ਨਾ ਬੜਾ ਟੈਕਨੀਕਲ ਹੈ ਜ਼ਰਾ ਸੋਚ ਕੇ ਦੱਸਿਓ ਕੁਛ ਲੋਕ ਕਹਿੰਦੇ ਨੇ ਕਿ ਡੰਗਰ ਰੱਖ ਕੇ ਅਤੇ ਉਹਨਾਂ ਨੂੰ ਨੁਕਸਾਨ ਵੀ ਹੋਈ ਜਾਂਦਾ ਤੁਸੀਂ ਇਸ ਕੰਮ ਨੂੰ ਕਿਸ ਤਰ੍ਹਾਂ ਬਿਹਤਰ ਸਮਝਦੇ ਹੋ ਔਰ ਬਿਹਤਰੀ ਦੀ ਸਾਨੂੰ ਕੀ ਟੈਕਨੀਕ ਦੱਸੋਗੇ ਨੁਕਸਾਨ ਉਹ ਹੁੰਦਾ ਜੇ ਅੱਲਾ ਨਾ ਕਰੇ ਕੋਈ ਕੁਦਰਤੀ ਕੋਈ ਫਾਤ ਐਸੀ ਆ ਜਾਂਦੀ ਹੈ ਡੰਗਰ ਕੋਈ ਬਿਮਾਰ ਹੋ ਗਿਆ ਉਹਦੀ ਡੈਥ ਹੋ ਗਈ ਪਰ ਅਦਰਵਾਈਜ਼ ਇਹ ਕਿ ਤੁਸੀਂ ਡੰਗਰ ਦਾ ਧਿਆਨ ਰੱਖੋ ਬਿਮਾਰ ਬੁਮਾਰ ਹੋ ਜਾਏ ਡਾਕਟਰ ਨੂੰ ਵਿਖਾਓ ਜਾਂ ਅੱਗੋਂ ਆਪਣੇ ਜਿਹੜੇ ਕੋਈ ਦੇਸੀ ਨੁਸਖੇ ਆ ਨੇ ਕਰੋ ਅਤੇ ਅੱਲਾ ਨੂੰ ਘਾਟਾ ਨਾ ਆਵੇ ਡੰਗਰ ਵਿੱਚ ਘਾਟਾ ਕੋਈ ਨਹੀਂ ਇੱਕ ਅਣਜਾਣ ਬੰਦਾ ਜਿਹਨੂੰ ਇਸ ਕੰਮ ਦਾ ਨਹੀਂ ਪਤਾ ਉਹ ਬਾਹਰ ਵੀ ਨਹੀਂ ਜਾ ਸਕਦਾ ਕੰਮ ਵੀ ਨਹੀਂ ਕਰ ਸਕਦਾ ਥੋੜ੍ਹੇ ਡੰਗਰ ਲੈ ਕੇ ਕੰਮ ਸ਼ੁਰੂ ਕਰਨਾ ਚਾਹੁੰਦਾ ਉਹਨੂੰ ਖੁਸ਼ਾਮਦੀਦ ਕਹੋਗੇ ਜਾਂ ਨਹੀਂ ਬਿਲਕੁਲ ਕਹਾਂਗੇ ਕਿਸ ਅੰਦਾਜ਼ ਦੇ ਵਿੱਚ ਉਹ ਆਪਣਾ ਕੰਮ ਸ਼ੁਰੂ ਕਰੇ ਉਹ ਐਵੇਂ ਕਿ ਜਿੰਨੇ ਵੀ ਉਹਦੇ ਕੋਲ ਅਵੇਲੇਬਲ ਹੈ ਨੇ ਡੰਗਰ ਕਮ ਅਜ਼ ਕਮ 2-3-4 ਤੇ ਹੈ ਰਹੇ ਨਾ ਠੀਕ ਹੈ ਉਹ ਐਵੇਂ ਅਲੱਗ ਕਰੇ ਇੱਥੇ ਮਤਲਬ ਗਾਈ ਹੋਵੇ ਗਾਈ ਦੀ ਜਿਹੜੀ ਵੈੜੀ ਉਹ 1-2 ਸਾਲਾਂ ਬਾਅਦ ਮਾਸ਼ਾਅੱਲਾ ਉਹ ਵੱਛੀ ਤਿਆਰ ਹੋ ਜਾਂਦੀ ਇਹ ਸਾਡੇ ਕੋਲ ਮਾਸ਼ਾਅੱਲਾ ਗਾਈ ਹੈ ਤੁਹਾਨੂੰ ਵਾਹਨੇ ਉਹ ਸਾਹਮਣੇ ਵੈੜੀ ਉਹ ਪਹਿਲੇ ਸੂਏ ਦੀ ਦੂਜੇ ਸੂਏ ਗਾਈ ਸੂਈ ਅੱਗੋਂ ਮਾਸ਼ਾਅੱਲਾ ਫਿਰ ਸੁਣੀ ਵਾਲੀ ਮਾਂ ਨਾਲ ਪਹਿਲਾਂ ਸੁਣੇ ਵਾਲੀ ਜ਼ਬਰਦਸਤ ਇਹ ਆਵੇ ਕਿ ਅਗਰ ਕੱਟੇ ਦੇ ਵਿੱਚ ਦੁੱਧ ਥੋੜ੍ਹਾ ਪਿਆ ਆਵੇ ਸਾਂਭ ਉਹਦੀ ਕਰੋ ਅਤੇ ਉਹ ਇਨਸ਼ਾਅੱਲਾ ਵੈੜੀ ਜਿਹੜੀ ਹੈ 2 ਸਾਲਾਂ ਬਾਅਦ 1.5 ਸਾਲ ਬਾਅਦ 3 ਬਾਅਦ ਉਹ ਸੂ ਜਾਂਦੀ ਹੈ ਝੋਟੀਆਂ ਜਿਹੜੀਆਂ ਨੇ ਅਗਰ ਜੇ ਤੁਹਾਨੂੰ ਦੁੱਧ ਹੀ ਨਹੀਂ ਛੱਡਣਾ ਉਹਦੀ ਸੇਵਾ ਨਹੀਂ ਕਰਨੀ ਫਿਰ ਤੁਸੀਂ ਜਾ ਕੇ ਉਹਨੂੰ ਸੁਣਿਆ 5 ਸਾਲਾਂ ਬਾਅਦ ਉਹਦੇ ਫਾਇਦਾ ਕੋਈ ਤੁਹਾਡੇ ਪੱਠੇ ਵੀ ਨਹੀਂ ਪੂਰੇ ਹੁੰਦੇ ਸਹੀ ਹੈ ਉਹਨੂੰ ਇਹ ਝੋਟੀ ਜਿਹੜੀ ਜੋ ਜਿਹੜੀ ਮਾਸ ਹੁੰਦੀ ਹੈ ਉਹਨੂੰ 2-4 ਮਹੀਨੇ ਕੱਟੀ ਦੁੱਧ ਪਿਆਓ ਠੀਕ ਹੈ ਉਹ ਵੰਡਾ ਛੰਡਾ ਨਾਲ ਪੱਠੇ ਹੇਠੇ ਦਿਓ ਤਾਂ ਇਨਸ਼ਾਅੱਲਾ ਉਹ 2 ਸਾਲਾਂ ਬਾਅਦ 3 ਸਾਲਾਂ ਬਾਅਦ ਝੋਟੀ ਨਾਲ ਸਹੀ ਹੈ ਇਹਦੀ ਤੁਸੀਂ ਪ੍ਰੈਫਰ ਕਰਦੇ ਹੋ ਕਿ ਜਾਵਾਂ ਨੂੰ ਵੇਚਣਾ ਨਹੀਂ ਚਾਹੀਦਾ ਬਲਕਿ ਉਹਨਾਂ ਨੂੰ ਪਾਲ ਕੇ ਅਤੇ ਉਹ ਝੋਟੀਆਂ ਬਣਾਓ ਹਾਂਜੀ ਅਤੇ ਕੱਟਿਆਂ ਦਾ ਕੀ ਕਰਦੇ ਹੋ ਕੱਟੇ ਜਿਹੜੇ ਨੇ ਉਹ ਤਾਂ ਵੇਖੀ ਜਾਂਦੇ ਨੇ ਕਿੰਨੀ ਦੇਰ ਦਾ ਕਰਕੇ ਵੇਚਦੇ ਹੋ ਅਸੀਂ ਕੱਟਾ ਮਹਾਂ ਕੋ ਵਾਹਵਾ ਹੋ ਗਿਆ ਕਿ ਪਿਛਲੇ ਸਾਲ ਤਾਂ ਈਦ 'ਤੇ ਵੇਚਿਆ ਸੀ ਜਾ ਕੇ ਅਤੇ ਉਹ ਜਿਹੜਾ ਨਾ ਫਿਰ ਕੱਟਾ ਤਾਂ 1.5-1.5 ਸਾਲ ਦਾ ਹੋਵੇ ਜਿਹੜਾ ਮਾਈ ਨੇ ਦੁੱਧ ਛੁਡਾ ਹੜਿਆ ਅਤੇ ਗੋਸ਼ਤ ਦੇ ਕਾਬਲ ਹੋ ਗਿਆ ਤਾਂ ਵੇਚ ਸਕਦੇ ਕੁਛ ਲੋਕ ਕੱਟਾ ਜਦੋਂ ਮੱਝ ਦਿੰਦੀ ਹੈ ਉਦੋਂ ਹੀ ਉਹ ਛੁਡਾ ਹੜਦੇ ਨੇ ਕੱਟਾ ਵੇਚ ਛੱਡਦੇ ਨੇ ਤੁਹਾਡਾ ਕੀ ਜ਼ਿਹਨ ਹੈ ਕਿ ਕਿੰਨੇ ਮਹੀਨੇ ਤੱਕ ਦੁੱਧ ਪਿਆਉਣਾ ਚਾਹੀਦਾ ਵੇਖੋ ਕੱਟੇ ਨੂੰ ਕਮ ਅਜ਼ ਕਮ ਜਿਹੜਾ ਕੋਈ ਵੀ ਜਾਨਵਰ ਹੈ ਉਹਨੂੰ 2-4 ਮਹੀਨੇ ਤਾਂ ਲਾਜ਼ਮੀ ਦੁੱਧ ਪਿਆਉਣਾ ਚਾਹੀਦਾ ਉਹ ਪਿਆਓਗੇ ਕੱਟਾ ਜਾਂ ਵੱਛਾ ਜਾਂ ਜੋ ਵੀ ਆਵੇ ਉਹ ਕੱਟੀਏ ਉਹ ਅਗਰ ਗੋਸ਼ਤ ਵਾਲਾ ਵੀ ਹੈ ਉਹ ਤਗੜਾ ਹੋ ਜਾਏਗਾ ਅਤੇ ਉਹ ਪੈਸੇ ਤੁਹਾਨੂੰ ਵੱਲ ਲੱਭ
ਜਦੋਂ ਉਹ 2 ਮਹੀਨਿਆਂ ਦੀ ਜ਼ਰਬ ਮਾਰਦੇ ਨੇ ਤੇ ਉਹ ਕਹਿੰਦੇ ਨੇ ਕਿ ਨੁਕਸਾਨ ਦੇ ਵਿੱਚ ਆ, ਕਿਆ ਇਹ ਨੁਕਸਾਨ ਹੈ ਜਾਂ ਫਾਇਦਾ? ਦੇਖੋ ਜੇ ਪੂਰਾ ਹਿਸਾਬ ਲਾਈਏ ਨਾ ਫਿਰ ਤੇ ਉਹ ਨੁਕਸਾਨ ਹੈ। ਜੇਕਰ ਮੇਰਾ ਜ਼ਾਤੀ ਤੌਰ ਤੇ ਇਹ ਕਹਿਣਾ ਕਿ ਮੈਂ ਇਸ ਹੱਕ 'ਚ ਨਹੀਂ ਆ, ਮੈਂ ਇਹਨਾ ਚਾਹੁੰਦਾ ਕਿ ਉਹਨੂੰ ਤੁਸੀਂ ਜਿਹੜਾ ਨਾ ਕਮ ਅਜ਼ ਕਮ 1 ਮਹੀਨਾ ਉਹਨੂੰ 2 ਥਣ ਪਿਆਓ, ਉਦੋਂ ਬਾਅਦ ਜਿਹੜਾ ਅਗਲੇ ਮਹੀਨੇ ਉਹਨੂੰ 1-1 ਥਣ ਵੀ ਅਗਰ 3 ਮਹੀਨੇ ਦੁੱਧ ਪਿਆ ਦਿਓ ਨਾ ਤੁਸੀਂ ਤੇ ਅੱਗੋਂ ਫਿਰ ਵੱਛਾ ਕੱਟਾ ਜੋ ਵੀ ਆਵੇ ਉਹ ਪੱਠਿਆਂ 'ਤੇ ਲੱਗ ਜਾਂਦਾ, ਨਾਲ ਉਹ ਵੰਡਾ ਥੋੜ੍ਹਾ ਥੋੜ੍ਹਾ ਪਾਈ ਜਾਵੋ ਅਤੇ ਉਹ ਤਗੜਾ ਹੋ ਜਾਂਦਾ। ਫਿਰ ਲੋਕ ਦੁੱਧ ਪਿਆਉਣਾ ਚਾਹੀਦਾ, ਜਾਨਵਰ ਰੱਖਣਾ ਚਾਹੀਦਾ, ਸਹੀ ਉਹਦੇ ਜ਼ਿਆਦਾ ਫਾਇਦਾ। ਠੀਕ ਹੋ ਗਿਆ। ਅੱਛਾ ਜੀ ਸਾਹਿਬ, ਤੁਸੀਂ ਮਾਸ਼ਾਅੱਲਾ ਦੇਸੀ ਬੰਦੇ ਹੋ ਔਰ ਦੇਸੀ ਗੱਲਾਂ ਸਾਨੂੰ ਸੁਣਾ ਰਹੇ ਹੋ, ਦੇਸੀ ਇਲਾਜ ਵੀ ਦੱਸੋ ਸਾਨੂੰ ਕਿ ਮੱਝਾਂ ਬਿਮਾਰ ਹੋਈ ਜਾਣ, ਵੱਛੇ ਕੱਟੀਆਂ, ਇਹਨਾਂ ਨੂੰ ਇਹਨਾਂ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਏ? ਇਲਾਜ ਆਵੇ ਕਿ ਜਿਹੜੇ ਮਸਲੇ ਟੀਕੇ ਜਿਹੜੇ ਨੇ ਘੋਟੂ ਜਾਂ ਦੂਜੇ ਜਿਹੜੇ ਮੌਸਮੀ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਉਹ ਤਾਂ ਤੁਹਾਨੂੰ ਪ੍ਰੋਪਰ ਲਵਾਉਣੇ ਚਾਹੀਦੇ ਨੇ। ਉਹ ਆਪਣਾ ਯੂਨੀਅਨ ਕੌਂਸਲ 'ਚ ਆਪਣਾ ਹਸਪਤਾਲ ਡਾਕਟਰ ਆਉਂਦੇ ਰਹਿੰਦੇ ਨੇ, ਉਹਨਾਂ ਤੁਸੀਂ ਰਾਤ 'ਚ ਰਹੋ, ਉਹ ਜਦੋਂ ਲੱਗਦੇ ਨੇ ਉਹ ਬਰਾਬਰ ਵੈਕਸੀਨ ਕਰਵਾਓ ਉਹਨਾਂ ਦੀ, ਭਾਰਤੀ ਟੀਕਿਆਂ ਦੀ। ਠੀਕ ਹੈ। ਇਹਨਾਂ ਦੀ ਵੈਕਸੀਨੇਸ਼ਨ ਜਿਹੜੀ ਉਹ ਕਿੰਨੀ ਦੇਰ ਬਾਅਦ ਕਰਵਾਉਂਦੇ ਹੋ? ਅਸੀਂ ਮੇਰਾ ਕੋਈ 6 ਮਹੀਨੇ ਦੇ ਅੰਦਰ ਤਾਂ ਕਰਵਾ ਲੈਂਦੇ ਹਾਂ। ਸਹੀ ਹੈ। ਜਿਹੜੇ ਦਾ ਮੌਸਮ ਖਰਾਬ ਹੋਵੇ ਲਾਜ਼ਮੀ ਦੇ ਦਿੰਦੇ। ਬਹੁਤ ਸ਼ੁਕਰੀਆ ਜੀ ਸਾਹਿਬ, ਤੁਸੀਂ ਬੜੀ ਕੀਮਤੀ ਮਾਲੂਮਾਤ ਦਿੱਤੀ ਹੈ ਔਰ ਇਹ ਦੱਸਿਆ ਕਿ ਜਿਹੜੇ ਲੋਕ ਬਾਹਰ ਜਾ ਕੇ ਸੈਟਲ ਨਹੀਂ ਹੁੰਦੇ ਉਹ ਪਰੇਸ਼ਾਨ ਨਾ ਹੋਣ, ਉਹ ਪਾਕਿਸਤਾਨ 'ਚ ਆ ਕੇ ਆਪਣਾ ਕਾਰੋਬਾਰ ਕਰ ਸਕਦੇ ਨੇ। ਆਖਰੀ ਗੱਲ ਦੇ ਤੌਰ 'ਤੇ ਦੱਸੋ ਕਿ ਇਸ ਕਾਰੋਬਾਰ ਦੇ ਵਿੱਚ ਕਾਮਯਾਬ ਹੋਣ ਦੀ ਕੀ ਰੇਸ਼ੋ ਹੈ, ਕਿੰਨੇ ਫੀਸਦ ਬੰਦਾ ਕਾਮਯਾਬ ਹੋ ਸਕਦਾ? ਇਨਸ਼ਾਅੱਲਾ ਜੀ ਇਹਦੇ ਵਿੱਚ ਘਾਟਾ ਕੋਈ ਨਹੀਂ। ਮਾਸ਼ਾਅੱਲਾ ਘਾਟਾ ਕੋਈ ਨਹੀਂ ਹੈ। ਅਗਰ ਮੇਰਾ ਮਤਲਬ ਜਾਨਵਰ ਦੁੱਧ ਦਿੰਦਾ, ਤੁਹਾਡੇ ਬੱਚੇ ਦੁੱਧ ਪੀਂਦੇ ਨੇ, ਹਾਂਜੀ ਤੁਸੀਂ ਆਪ ਦੁੱਧ ਪੀਂਦੇ ਹੋ, ਕੋਈ ਵੇਚਦੇ ਹੋ, ਠੀਕ ਹੈ, ਅਤੇ ਨਾਲ ਕੋਈ ਜਾਨਵਰ ਰਲ ਜਾਂਦਾ, ਇੱਕ ਸਾਲ 2 ਸਾਲ ਬਾਅਦ ਤੁਹਾਡਾ ਅਗਰ ਜ਼ਿੰਮੀਦਾਰ ਦਾ 1-2 ਡੰਗਰ ਨਾ ਰਲਦਾ ਹੋਵੇ ਉਹ ਇਹਦੀ ਪ੍ਰੋਫਿਟ ਹੈ। ਸਹੀ ਹੋ ਗਿਆ। ਅਤੇ ਜਿਹੜੇ ਲੋਕ ਕਹਿੰਦੇ ਨੇ ਕਿ ਇਸ ਕਾਰੋਬਾਰ ਦੇ ਵਿੱਚ ਘੱਟ ਆਵੇ, ਤੁਹਾਡੀ ਗੱਲ ਤੋਂ ਸਾਬਤ ਹੋਇਆ ਕਿ ਉਹ ਗਲਤ ਕਹਿੰਦੇ ਨੇ? ਉਹ ਗਲਤ ਕਹਿੰਦੇ ਜੀ। ਬਹੁਤ ਸ਼ੁਕਰੀਆ ਆਈ ਸਾਹਿਬ, ਤੁਸੀਂ ਬੜੀ ਮੁਫੀਦ ਗੱਲਬਾਤ ਸਾਡੇ ਨਾਲ ਕੀਤੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਅੱਲਾ ਹਾਫਿਜ਼। ਜ਼ਬਰਦਸਤ ਜ਼ਬਰਦਸਤ।